ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਇੱਕ ਵਾਰ ਫੇਰ ਤੋਂ ਜ਼ਬਰਦਸਤ ਮੁੱਠਭੇੜ ਦੇਖਣ ਨੂੰ ਮਿਲੀ ਹੈ, ਜਿਸ ਦੇ ਵਿੱਚ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ। ਐਨਕਾਊਂਟਰ ਦੇ ਦੌਰਾਨ ਕਿਹਾ ਜਾ ਰਿਹਾ ਕਿ ਦੋਵਾਂ ਪਾਸਿਓਂ ਤਾਬੜਤੋੜ ਗੋਲੀਆਂ ਚੱਲੀਆਂ ਨੇ। ਕਤਲ ਮਾਮਲੇ ਦੇ ਵਿੱਚ ਇਹ ਤਿੰਨੋਂ ਗੈਂਗਸਟਰ ਜੋ ਦੱਸੇ ਜਾ ਰਹੇ ਨੇ ਉਹ ਲੋੜੀਂਦੇ ਸਨ। ਤਾਂ ਦੱਸ ਦਈਏ ਕਿ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ, ਜਿਸ ਦੇ ਵਿੱਚ ਕਤਲ ਮਾਮਲੇ 'ਚ ਲੋੜੀਂਦੇ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ। ਤਾਂ ਐਨਕਾਊਂਟਰ ਦੇ ਦੌਰਾਨ ਦੋਵਾਂ ਪਾਸਿਓਂ 24 ਰਾਊਂਡ ਫਾਇਰ ਕੀਤੇ ਗਏ ਨੇ। ਹਾਸ਼ਿਮ ਬਾਬਾ ਗਿਰੋਹ ਦੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਦਿੱਲੀ ਦੇ ਗੋਕਲਪੁਰੀ ਮੈਟਰੋ ਸਟੇਸ਼ਨ ਦੇ ਨੇੜੇ ਇਹ ਐਨਕਾਊਂਟਰ ਹੋਇਆ ਤੇ ਕਤਲ ਕੇਸ ਦੇ ਵਿੱਚ ਇਹ ਤਿੰਨੋਂ ਬਦਮਾਸ਼ ਲੋੜੀਂਦੇ ਸਨ। ਤਾਂ ਦਿੱਲੀ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਦਾ ਐਨਕਾਊਂਟਰ ਕੀਤਾ ਗਿਆ। ਸੀਲਮਪੁਰ ਇਲਾਕੇ ਦੇ ਵਿੱਚ ਅਰਬਾਜ਼ ਦੇ ਕਤਲ ਮਾਮਲੇ ਦੇ ਵਿੱਚ ਇਹ ਲੋੜੀਂਦੇ ਦੱਸੇ ਜਾ ਰਹੇ ਨੇ। ਦੱਸ ਦਈਏ ਕਿ ਹਾਸ਼ਿਮ ਬਾਬਾ ਉਸ ਸਮੇਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ। ਤਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡਾ ਖੁਲਾਸਾ ਹੋਇਆ ਸੀ ਜਦੋਂ ਲਾਰੈਂਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸੁਪਾਰੀ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਭ ਤੋਂ ਵੱਡੇ ਗੈਂਗਸਟਰ ਹਾਸ਼ਿਮ ਬਾਬਾ ਨੂੰ ਦਿੱਤੀ ਸੀ। ਤਾਂ ਦੱਸ ਦਈਏ ਕਿ ਜਨਵਰੀ 'ਚ ਮੂਸੇਵਾਲਾ ਨੂੰ ਮਾਰਨ ਆਇਆ ਗੈਂਗਸਟਰ ਸ਼ਾਹਰੁਖ ਉਸਦਾ ਹੀ ਸਰਗਨਾ ਦੱਸਿਆ ਜਾ ਰਿਹਾ ਸੀ। ਹਾਲਾਂਕਿ ਫਿਰ ਪਲਾਨ ਅਸਫਲ ਹੋ ਗਿਆ, ਜਿਸ ਤੋਂ ਬਾਅਦ ਲਾਰੈਂਸ ਨੇ ਇਸਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੂੰ ਸੌਂਪ ਦਿੱਤੀ ਸੀ। ਤਾਂ ਦੱਸ ਦਈਏ ਕਿ ਗੋਲਡੀ ਦੇ ਸ਼ਾਰਪ ਸ਼ੂਟਰਾਂ ਨੇ ਇੱਕ ਟੀਮ ਇਕੱਠੀ ਕੀਤੀ ਅਤੇ 29 ਮਈ ਨੂੰ ਮੂਸੇਵਾਲਾ ਨੂੰ ਮਾਰ ਦਿੱਤਾ ਸੀ। ਤਾਂ ਦੱਸ ਦਈਏ ਕਿ ਉਸ ਸਮੇਂ ਇਹ ਹਾਸ਼ਿਮ ਬਾਬਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਸੀ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ, ਇੱਕ ਵਾਰ ਫਿਰ ਤੋਂ ਹਾਸ਼ਿਮ ਬਾਬਾ ਗਿਰੋਹ ਦੇ ਤਿੰਨ ਬਦਮਾਸ਼ਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਦਿੱਲੀ ਦੇ ਸੀਲਮਪੁਰ ਦੇ ਵਿੱਚ ਇੱਕ ਅਰਬਾਜ਼ ਨਾਮਕ ਸ਼ਖਸ ਦਾ ਕਤਲ ਹੁੰਦਾ ਹੈ। ਉਸ ਕਤਲ ਦੇ ਵਿੱਚ ਕਿਹਾ ਜਾ ਰਿਹਾ ਕਿ ਤਿੰਨੋਂ ਬਦਮਾਸ਼ ਲੋੜੀਂਦੇ ਸਨ। ਤਾਂ ਹਾਸ਼ਿਮ ਬਾਬਾ ਗੈਂਗ ਦੇ ਤਿੰਨ ਬਦਮਾਸ਼ਾਂ ਨੂੰ ਦਿੱਲੀ ਪੁਲਿਸ ਨੇ ਕਾਬੂ ਕੀਤਾ, ਐਨਕਾਊਂਟਰ ਹੋਇਆ, 24 ਰਾਊਂਡ ਦੇ ਕਰੀਬ ਫਾਇਰਿੰਗ ਕੀਤੀ ਗਈ ਹੈ ਦੋਵਾਂ ਪਾਸਿਓਂ ਅਤੇ ਅੰਤ ਦੇ ਵਿੱਚ ਪੁਲਿਸ ਦੇ ਵੱਲੋਂ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ।